ਕੋਈ ਸਿੱਖਿਆ ਵਿੱਚੋਂ ਉਹ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਚੋਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖੀ ਆ। ਗੁਰੂ ਹਰਿ ਸਾਹਿਬ ਜੀ ਨੇ ਹੁਕਮ ਦਿੱਤਾ ਸੀ ਸਿੱਖਾਂ ਨੂੰ, ਕੋਈ ਘਰ ਵਿੱਚ ਗੁਜ਼ਰ ਜਾਵੇ ਇਹ ਨਹੀਂ ਕਹਿਣਾ ਉਹਦੀ ਮੌਤ ਹੋਈ ਹੈ। ਗੁਰੂ ਹਰਿ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਆਹ ਕਹਿਣਾ, ਅਕਾਲ ਚਲਾਣਾ ਕੀਤਾ। ਆਖੋ ਸਾਧਾ ਅਕਾਲ ਕੋਲ ਚਲਾ ਗਿਆ, ਅਕਾਲ ਚਲਾਣਾ ਕੀਤਾ। ਦੂਜੇ ਲਫ਼ਜ਼ ਗੁਰੂ ਹਰਿ ਸਾਹਿਬ ਨੇ ਕਹੇ ਸੀ ਅਕਾਲ ਪਾਸ ਗਿਆ, ਅਕਾਲ ਪਾਸ। ਤੀਜੇ ਲਫ਼ਜ਼ ਗੁਰੂ ਹਰਿ ਸਾਹਿਬ ਨੇ ਕਹਿਣੇ ਇਹ ਕਹਿਣੇ ਹੈ ਹਰੀ ਦੇ ਪੰਥ ਵਿੱਚ ਚਲਾ ਗਿਆ। ਚੌਥੇ ਲਫ਼ਜ਼ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਹੈ ਕੋਈ ਗੁਜ਼ਰ ਜਾਵੇ ਹਰੀ ਦੇ ਦੁਆਰੇ ਚਲਾ ਗਿਆ। ਪੰਜਵੇਂ ਲਫ਼ਜ਼ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਕੋਈ ਗੁਜ਼ਰ ਜਾਵੇ ਤੇ ਕਹਿਣੇ ਹਰੀ ਦੇ ਲੋਕ ਵਿੱਚ ਚਲਾ ਗਿਆ ਹੈ, ਇਹ ਨਹੀਂ ਕਹਿਣਾ ਉਹਦੀ ਮੌਤ ਹੋਈ। ਅਗਲਾ ਬਚਨ ਗੁਰੂ ਹਰਿ ਸਾਹਿਬ ਨੇ ਕੀਤਾ ਸੀ ਅਲਾਹਣੀ ਨਹੀਂ ਦੇਣੀ, ਸਿਆਪਾ ਨਹੀਂ ਕਰਨਾ, ਸਿਰ ਤੋਂ ਪਗੜੀ ਨਹੀਂ ਉਤਾਰਨੀ। ਜਿਹੜਾ ਅਫਸੋਸ ਕਰਨ ਆਇਆ ਅਕਾਲ ਪੁਰਖ ਦੀ ਰਜਾ ਸਮਝ ਕੇ ਬੈਠ ਜਾਵੇ, ਵਾਹਿਗੁਰੂ ਵਾਹਿਗੁਰੂ ਕਰਨਾ। ਜਿਵੇਂ ਤੀਜੇ ਪਾਤਸ਼ਾਹ ਦੇ ਬਚਨ ਹੈ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ।